Chamadan. ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਪਰ ਹੁਣ ਕਹਿੰਦਾ ਤੇਰਾ ਕੀ ਬਣੂ ਡੋਗਰਾ। ਹੁਣ ਪਰਮਿੰਦਰ ਸਿੰਘ ਬਾਜਵਾ ਜਿਹੜਾ ਹੈ, ਬੋਲ ਬਹੁਤ ਕੁਛ ਗਿਆ, ਸਰਕਾਰ ਨੂੰ ਇਕੱਲੇ ਨਹੀਂ ਵਾਹਣੀ ਪਾ ਲਿਆ, ਬਹੁਤ ਕੁਛ ਕਹਿ ਗਿਆ ਜਿਹੜਾ ਕਿਤੇ ਐਕਸਪੈਕਟ ਨਹੀਂ ਕਰ ਸਕਦੇ ਆਪਾਂ ਵੀ ਬੰਦਾ ਇੰਨੇ ਵੱਡੇ ਵਾਰ ਕਰ ਸਕਦਾ। ਹੁਣ ਇਹਦਾ ਕੀ ਬਣੂਗਾ ਜੀ? ਦੇਖੋ, ਗੱਲ ਬਣਨਾ ਨਾ ਬਣਨਾ, ਅੱਜ ਸਾਡੇ ਲਿਸਨਰ ਹੈ ਲੁਧਿਆਣੇ ਤੋਂ, ਦੁਪਹਿਰੇ ਜੀ ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀ, ਉਹਨਾਂ ਨੇ ਭੇਜਿਆ। ਉਹ ਕਹਿੰਦੇ ਵੀ ਦੋ ਉਮੀਦਵਾਰ ਆ ਸ਼ਾਹਕੋਟ ਦੀ ਇਲੈਕਸ਼ਨ ਦੇ ਵਿੱਚ, ਇੱਕ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਪਰਮਿੰਦਰ ਬਾਜਵਾ ਜੀ। ਕਹਿੰਦੇ ਵੀ ਤੁਹਾਡੀ ਨਿਗਾਹ ਚ ਕੌਣ ਜਿੱਤਦਾ ਲੱਗਦਾ? ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਜਿਹੜੀ ਮੇਰੀ ਸਮਝ ਹੈ। ਮੈਂ ਕਿਹਾ ਵੀ ਜਿਹੜਾ ਹੁਣ ਤੱਕ ਦਾ ਮੁਕਾਬਲਾ ਹੈ, ਉਹਦੇ ਵਿੱਚ ਲੋਕਾਂ ਦੇ ਮੁੱਦੇ ਤਾਂ ਗਏ ਹਾਰ, ਤੇ ਠੀਕ ਹੈ ਜੇਤੂ ਦੋ ਨਹੀਂ, ਜੇਤੂ ਦੋ ਨਹੀਂ, ਕਿਉਂਕਿ ਚਰਚਾ ਦੋਨਾਂ ਦੀ ਹੋ ਰਹੀ ਹੈ ਅਖਬਾਰਾਂ ਦੇ ਵਿੱਚ, ਚਾਹੇ ਪੋਲੀਟੀਕਲ ਬੰਦਾ ਹੋਵੇ ਚਾਹੇ ਕੋਈ ਲੀਡਰ ਹੋਵੇ। ਉਹ ਲੀਡਰ ਉਦੋਂ ਉਹਨੂੰ ਸੰਤੁਸ਼ਟੀ ਮਿਲਦੀ ਹੈ ਜਦੋਂ ਉਹਦੀ ਅਖਬਾਰਾਂ ਦੇ ਵਿੱਚ ਚਰਚਾ ਹੁੰਦੀ ਹੈ, ਚਰਚਾ ਚਾਹੇ ਪੋਜੀਟਿਵ ਹੋਵੇ ਤੇ ਚਾਹੇ ਨੈਗੇਟਿਵ ਹੋਵੇ। ਸੋ ਚਰਚਾ ਦੋਨਾਂ ਦੀ ਹੋ ਰਹੀ ਹੈ, ਪੋਜੀਟਿਵ ਵੀ ਹੋ ਰਹੀ ਹੈ, ਨੈਗੇਟਿਵ ਵੀ ਹੋ ਰਹੀ ਹੈ। ਜਿਹੜੇ ਇਲਜ਼ਾਮਾਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੋ ਕੁ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਲਾਏ ਸੀ ਕਿ ਜੀ ਇਹ ਰਾਤ ਨੂੰ ਉੱਥੇ ਗਿਆ 12:30 ਵਜੇ, 3 ਮਈ ਦੀ ਤਾਰੀਖ ਆਪਣੀ ਡੇਟ ਨੂੰ, ਤੇ ਫਿਰ ਉੱਥੇ 5 ਤੱਕ ਰਿਹਾ, ਉੱਥੇ ਮੋਟੇ 32,000 ਰੁਪਏ ਦੀ ਸ਼ਰਾਬ ਵੀ ਪੀਤੀ ਹੈ, ਲੱਗੀ ਹੈ ਸ਼ਰਾਬ ਉੱਥੇ, ਤੇ ਉਹਦਾ ਉਹਨੇ ਵੀ ਮਕੂਲ ਜਵਾਬ ਦਿੱਤਾ ਆਪਦੀ ਭਾਸ਼ਾ ਦੇ ਵਿੱਚ। ਨਾਲ ਉਹਨੇ ਕਿਹਾ ਜੀ ਮੈਂ 32,000 ਦੀ ਸ਼ਰਾਬ ਪੀਂਦਾ ਤਾਂ ਮੈਂ ਮਰਨਾ ਚਾਹੁੰਦਾ, ਪਰ ਉਹ ਸ਼ਰਾਬ ਲੱਗੀ ਹੈ, ਪਤਾ ਨੀ ਕਿਹੜੇ ਕਿਹੜੇ ਪੀਤੀ ਹੁੰਦੀ ਹੈ, ਕੌਣ ਕੌਣ ਨੇ। ਹੁਣ ਜਿਹੜੀ ਅਸਲ ਗੱਲ ਹੈ, ਅਸਲ ਗੱਲ ਇਹ ਹੈ ਕਿ ਜਦੋਂ ਨੇ ਲਾਡੀ ਸ਼ੇਰੋਵਾਲੀਆ ਦੇ ਖਿਲਾਫ ਕੇਸ ਰਜਿਸਟਰ ਕੀਤਾ, ਕੇਸ ਰਜਿਸਟਰ ਕਰਨ ਤੋਂ ਬਾਅਦ ਉਹਨੇ ਇੱਕ ਆਪਣਾ ਤਿਆਗ ਪੱਤਰ ਵੀ ਭੇਜਿਆ ਜੀ, ਤਿਆਗ ਪੱਤਰ ਭੇਜਿਆ ਆਪਦੇ SSP ਨੂੰ, ਭੇਜਿਆ ਵਟਸਐਪ ਦੇ ਜ਼ਰੀਏ, ਤੇ ਉਹੀ ਜਿਹੜਾ ਹੈਗਾ ਵਟਸਐਪ ਉਹਨੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰਤਾ, ਕੁਝ ਲੀਡਰਾਂ ਨੂੰ ਭੇਜਤਾ, ਮੇਰਾ ਖਿਆਲ ਉਹ ਲੀਡਰਾਂ ਨੇ ਵਾਇਰਲ ਕੀਤਾ ਹੁਣ, ਉਹਨੇ ਆਪ ਨਹੀਂ ਕੀਤਾ, ਤਾਂ ਉਹ ਤੋਂ ਬਾਅਦ ਫਰਕੜ ਮੱਸ ਪੈ ਗਿਆ। ਭਾਵੇਂ ਉਹ ਤੇ ਪ੍ਰੈਸ਼ਰ ਪਾਇਆ ਗਿਆ, ਪ੍ਰੈਸ਼ਰ ਪਾਉਣ ਤੋਂ ਬਾਅਦ ਉਹ ਕਹਿੰਦੇ ਵੀ, ਖ਼ਬਰ ਤਾਂ ਇਹ ਆਈ ਸੀ ਕਿ ਉਹਦੇ ਹਾਲਾਤ ਹੀ ਕੁਛ ਇਹੋ ਜਿਹੇ ਸੀ, ਉਹ ਟੈਨਸ਼ਨ ਦੇ ਵਿੱਚ ਸੀ, ਉਹਨੇ ਲਿਖ ਕੇ ਵੀ ਦਿੱਤਾ ਕਿ ਮੈਂ ਟੈਨਸ਼ਨ ਦੇ ਵਿੱਚ ਸੀ, ਔਰ ਮੈਂ ਆਪਣੀ ਜਿਹੜਾ ਹੈਗਾ ਰੈਜ਼ਿਗਨੇਸ਼ਨ ਜਿਹੜਾ ਦਿੱਤਾ ਉਹ ਵਾਪਸ ਲੈ ਰਿਹਾ ਤੇ ਮੈਨੂੰ ਵਾਪਸ ਦੇ ਦਿਓ ਜੀ। ਫਿਰ ਉਹਨੂੰ ਛੁੱਟੀ ਵੀ ਦਿੱਤੀ, ਲੇਕਿਨ ਬਾਅਦ ਦੇ ਵਿੱਚ ਜਿਹੜੀ ਉਹਨੇ ਇੰਟਰਵਿਊ ਦਿੱਤੀ ਹੈ ਸੋਸ਼ਲ ਮੀਡੀਆ ਤੇ ਮੀਡੀਆ ਤੇ, ਉਹਦੇ ਵਿੱਚ ਵੀ ਉਹਨੇ ਇਹੀ ਗੱਲ ਕਹੀ ਹੈ ਵੀ ਨਹੀਂ, ਮੇਰੇ ਤੇ ਦਬਾਅ ਪਾਇਆ ਸੀ ਔਰ ਦਬਾਅ ਪਾ ਕੇ ਮੇਰੇ ਤੇ ਸਾਰਾ ਕੁਛ ਲਿਆ ਗਿਆ। ਜਿਹੜੇ ਉਹ ਹੋਟਲ ਦੇ ਵਿੱਚ ਠਹਿਰਿਆ ਰੈਡੀਸਨ ਦੇ ਵਿੱਚ, ਉਹਦੇ ਬਾਰੇ ਵੀ ਗੱਲ ਕਹੀ ਜਾਂਦਾ, ਉਹ ਵੀ ਸੁਖਵੀਰ ਵੀ ਰਹਿੰਦਾ ਸੀ ਤੇ ਆ ਕੇ ਕੈਪਟਨ ਵੀ ਰਹਿੰਦਾ ਸੀ, ਜੇ ਮੈਂ ਰਹਿ ਪਿਆ ਤੇ ਫਿਰ ਇਹਦੇ ਨਾਲ ਕੀ ਹੋ ਗਿਆ, ਕੀ ਹੋ ਗਿਆ। ਪਰ ਉਹ ਤੋਂ ਬਾਅਦ ਫਿਰ ਉਹ ਦੁਬਾਰਾ ਮੱਕੜ ਸਾਹਿਬ ਵਾਲਾ ਜਿਹੜਾ ਸਰਬਜੀਤ ਮੱਕੜ ਹੈ, ਉਹ ਵੀ ਚਰਚਾ ਦੇ ਵਿੱਚ ਹੈ, ਜਿਹੜਾ ਥੋੜਾ ਸੈਂਡ ਮਾਫੀਆ ਦੇ ਵਿੱਚ ਨਾਂ ਉਹਨਾਂ ਦਾ ਵੀ ਬੋਲਦਾ, ਬਿਲਕੁਲ ਜੀ, ਉਸ ਹੋਟਲ ਦੇ ਵਿੱਚ ਵੀ ਪਹੁੰਚ ਗਿਆ। ਔਰ ਹਾਲਾਤ ਕਹਿੰਦੇ ਇੰਨੇ ਜ਼ਿਆਦਾ ਵਿਗੜ ਗਏ ਕਿ ਜਲੰਧਰ ਕਮਿਸ਼ਨਰੇਟ ਦੀ ਪੁਲਿਸ ਵੀ ਹੋ ਗਈ, ਖੁਫੀਆ ਏਜੰਸੀਆਂ ਵੀ ਹੋ ਗਈਆਂ, ਤੇ ਹਾਲਾਤ ਵਿਗੜਦੇ ਦੇਖ ਕੇ ਉਹ ਇਸ ਉਹਨਾਂ ਨੇ ਮਨ ਬਣਾ ਲਿਆ ਕਿ ਉਹਨੂੰ ਕਾਬੂ ਕਿਉਂ ਨਾ ਕਰ ਲਿਆ ਜਾਵੇ, ਲੇਕਿਨ ਮੀਡੀਆ ਨੂੰ ਸੂਹ ਮਿਲ ਗਈ ਤੇ ਮੀਡੀਆ ਵੀ ਪਹੁੰਚ ਗਿਆ ਸੀ, ਉਹ ਗੱਲ ਧਰੀ ਤਰਾਈ ਰਹਿ ਗਈ ਸੀ। ਹੁਣ ਸਾਰੇ ਮਾਮਲੇ ਨੂੰ ਲੈ ਕੇ ਜਿਹੜੇ IG ਹੈਗੇ ਜਲੰਧਰ ਨੌਨਿਹਾਲ ਸਿੰਘ ਰੇਸ ਦੇ, ਮਿਸਟਰ ਨੌਨਿਹਾਲ ਸਿੰਘ, ਉਹਨਾਂ ਦੇ ਕੋਲ ਸੀ ਮਾਮਲਾ, ਉਹਨਾਂ ਨੇ ਇਹਦੀ ਪੜਤਾਲ ਕਰਵਾਈ ਕਿ ਜੋ ਕੁਛ ਹੋਇਆ ਠੀਕ ਹੋਇਆ ਕਿ ਗਲਤ ਹੋਇਆ, ਕੀ ਪ੍ਰੋਸੀਜਰ ਕੋਈ ਅਡੋਪਟ ਕੀਤਾ ਕਿ ਨਹੀਂ ਕੀਤਾ। ਉਹ ਜਿਹੜਾ ਹੈਗਾ ਜਲੰਧਰ ਦਾ SP ਇਨਵੈਸਟੀਗੇਸ਼ਨ ਜੀ, ਇਹ ਹੁਣ ਉਹਨਾਂ ਨੇ ਇਨਵੈਸਟੀਗੇਸ਼ਨ ਕਰਤਾ, ਪਹਿਲਾਂ ਜਿਹਨਾਂ ਨੂੰ ਅਸੀਂ SPD ਕਹਿੰਦੇ ਹੁੰਦੇ ਸੀ, ਉਹਨੂੰ ਕਹਿਤਾ ਕਿ ਤੁਸੀਂ ਇਹਦੀ ਪੜਤਾਲ ਕਰੋ। ਜਿਹੜੀ ਉਹਨਾਂ ਨੇ ਪੜਤਾਲ ਕੀਤੀ ਹੈ, ਉਹ ਪੜਤਾਲੀਆ ਰਿਪੋਰਟ ਉਹਨਾਂ ਨੇ SSP ਨੂੰ ਭੇਜਤੀ, SSP ਨੇ ਉਹ
ਡੈਪਟੀ ਕਮਿਸ਼ਨਰ ਨੂੰ ਭੇਜਤੀ ਤੇ ਡੈਪਟੀ ਕਮਿਸ਼ਨਰ ਨੇ ਉਹ ਭੇਜੀ ਹੈ ਜੀ ਚੋਣ ਦਾ ਜਿਹੜਾ ਮੁੱਖ ਚੋਣ ਅਫਸਰ ਹੈ ਪੰਜਾਬ ਦਾ ਉਹਨੂੰ ਜੀ ਤੇ ਉਹਦੇ ਰਾਹੀਂ ਮੰਗ ਕੀਤੀ ਹੈ ਕਿ ਇਹ ਬੰਦਾ ਜਿਹੜਾ ਹੈਗਾ ਐਸ ਐਚ ਓ ਰਹਿਣ ਦੇ ਫਿੱਟ ਨਹੀਂ ਇਹ ਜਿਹੜਾ ਇਮੀਡੀਏਟ ਤਬਦੀਲ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਨਹੀਂ ਤਬਦੀਲ ਕਰ ਸਕਦੀ ਜੀ ਜੀ ਸ਼ਾਹਕੋਟ ਬਾਈ ਇਲੈਕਸ਼ਨ ਹੋਣ ਕਰਕੇ ਉੱਥੇ ਜਿਹੜਾ ਰਾਜ ਭਾਗ ਹੈ ਅਮਲੀ ਤੌਰ ਦੇ ਉੱਤੇ ਉਹ ਹੈ ਚੋਣ ਕਮਿਸ਼ਨ ਦਾ ਸੋ ਚੋਣ ਕਮਿਸ਼ਨ ਨੇ ਇਹਨੂੰ ਬਦਲਣਾ ਹੁਣ ਉਹਦੇ ਚ ਇਲਜ਼ਾਮ ਕੀ ਲਾਏ ਜੀ ਇਲਜ਼ਾਮ ਉਹਦੇ ਚ ਇਹ ਲਾਏ ਉਹ ਕਹਿੰਦੇ ਵੀ ਜਿਸ ਵੇਲੇ ਕੇਸ ਰਜਿਸਟਰ ਕੀਤਾ ਗਿਆ ਸਾਢੇ ਬਾਰਾਂ ਵਜੇ ਦੇ ਕਰੀਬ ਤਿੰਨ ਵਜੇ ਤਿੰਨ ਤਾਰੀਖ ਨੂੰ ਹੋਟਲ ਦੇ ਵਿੱਚ ਇੰਟਰ ਕਰਦੇ ਹੈ ਬਾਜਵਾ ਸਾਹਿਬ ਔਰ ਚਾਰ ਘੰਟਿਆਂ ਬਾਅਦ ਸਾਢੇ ਚਾਰ ਵਜੇ ਜਿਹੜਾ ਹੈਗਾ ਕੇਸ ਰਜਿਸਟਰ ਹੁੰਦੇ ਉਹਨਾਂ ਨੇ ਕੁਛ ਲੋਕਲ ਥਾਣੇ ਦੇ ਜਿਹੜੇ ਕਰਮਚਾਰੀ ਉਹਨਾਂ ਦੇ ਬਿਆਨ ਵੀ ਲਏ ਕਰਮਚਾਰੀਆਂ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਐਸ ਐਚ ਓ ਆ ਸ਼ਰਾਬੀ ਹਾਲਤ ਦੇ ਵਿੱਚ ਹੈ ਉਹ ਸ਼ਰਾਬ ਉਹਨੇ ਬਹੁਤ ਪੀਤੀ ਸੀ ਐਸ ਪੀ ਇਨਵੈਸਟੀਗੇਸ਼ਨ ਨੇ ਵੀ ਸਿੱਟਾ ਇਹੀ ਕੱਢਿਆ ਕਿ ਇਹ ਮੁਸ਼ਕਿਲ ਜਾਪਦਾ ਜੀ ਕਿ ਉਸ ਵੇਲੇ ਜਿਹੜਾ ਹੈਗਾ ਪਰਮਿੰਦਰ ਸਿੰਘ ਬਾਜਵਾ ਜਦੋਂ ਲਿਖ ਰਿਹਾ ਐਫ ਆਈ ਆਰ ਦਰਜ ਕਰ ਰਿਹਾ ਉਸ ਵੇਲੇ ਉਹ ਥਾਣੇ ਚ ਹੋਵੇ ਉਹ ਕਹਿੰਦੇ ਨਿਜ਼ਮ ਇਹ ਹੈ ਕਿ ਜਦੋਂ ਬਾਈ ਇਲੈਕਸ਼ਨ ਹੁੰਦੀ ਹੈ ਬਹੁਤ ਸੈਂਸਿਟਿਵ ਏਰੀਆ ਹੁੰਦਾ ਹੈ ਉਦੋਂ ਕੋਈ ਵੀ ਅਧਿਕਾਰੀ ਹੈ ਜਿਹੜਾ ਲਾ ਐਂਡ ਆਰਡਰ ਨਾਲ ਰਿਲੇਟਡ ਖਾਸ ਕਰਕੇ ਉਹ ਸਟੇਸ਼ਨ ਨਹੀਂ ਛੱਡ ਸਕਦਾ ਵੈਸੇ ਨਹੀਂ ਛੱਡ ਸਕਦਾ ਵੈਸੇ ਵੀ ਜਿਹੜਾ ਹੈਗਾ ਨਾ ਤੁਸੀਂ ਇੱਥੋਂ ਤੱਕ ਕਿ ਡੀ ਸੀ ਵੀ ਹੈ ਜਿਹੜਾ ਏ ਡੀ ਸੀ ਹੈ ਐਸ ਡੀ ਐਮ ਹੈ ਤਹਿਸੀਲਦਾਰ ਹੈ ਐਸ ਐਸ ਪੀ ਹੈ ਡੀ ਐਸ ਪੀ ਹੈ ਤੇ ਐਸ ਐਚ ਓ ਇਹ ਕੋਈ ਵੀ ਜਿਹੜਾ ਸਟੇਸ਼ਨ ਲੀਵ ਉਹਨੂੰ ਦੇ ਕੇ ਜਾਣੇ ਉਹਨੂੰ ਸਟੇਸ਼ਨ ਛੱਡਣ ਤੋਂ ਪਹਿਲਾਂ ਸਟੇਸ਼ਨ ਪ੍ਰਵਾਨਗੀ ਲੈਣੀ ਪੈਂਦੀ ਆਪਦੇ ਬੌਸ ਤੋਂ ਕਿ ਜੀ ਮੈਨੂੰ ਪ੍ਰਵਾਨਗੀ ਦਿੱਤੀ ਜਾਵੇ ਜੀ ਕਹਿੰਦੇ ਪ੍ਰਵਾਨਗੀ ਲਈ ਨਹੀਂ ਬੰਦਾ ਸਟੇਸ਼ਨ ਛੱਡ ਰਿਹਾ ਹੋਟਲ ਦੇ ਵਿੱਚ ਰਹਿ ਰਿਹਾ ਫਿਰ ਉਹਨਾਂ ਨੇ ਇਹਦੀ ਜਿਹੜੀ ਸਥਿਤੀ ਦਿੱਤੀ ਹੈ ਕਿ ਉਹ ਬੰਦਾ ਨਸ਼ੇ ਦੇ ਵਿੱਚ ਵੀ ਹੈ ਜੀ ਉਹਦੇ ਕੋਲ ਦੋ ਪਿਸਟਲ ਹੈ ਇੱਕ ਸਰਕਾਰੀ ਰਿਵਾਲਵਰ ਹੈ ਇੱਕ ਦੂਜਾ ਰਿਵਾਲਵਰ ਹੈ ਔਰ ਜਿਸ ਕਿਸਮ ਦੀ ਉਹ ਕਹਿੰਦੇ ਬਿਆਨਬਾਜ਼ੀ ਕਰ ਰਿਹਾ ਆਪਣੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ਼ ਵੀ ਦੂਜਿਆਂ ਦੇ ਤੁਹਾਡਾ ਸਰਕਾਰੀ ਅਹਿਲਕਾਰਾਂ ਦੇ ਖਿਲਾਫ਼ ਵੀ ਸਰਕਾਰ ਦੇ ਖਿਲਾਫ਼ ਵੀ ਜੀ ਕਹਿੰਦੇ ਇਹਦੀ ਜਿਹੜੀ ਹੈਗੀ ਪੋਜੀਸ਼ਨ ਠੀਕ ਨਹੀਂ ਔਰ ਇਹ ਵੀ ਹੈ ਕਿ ਜਿਹੜਾ ਕੇਸ ਰਜਿਸਟਰ ਕੀਤਾ ਹੈ ਉਹਦੇ ਵਿੱਚ ਵੀ ਜਿਹੜਾ ਸਹੀ ਪ੍ਰੋਸੀਜਰ ਅਡੋਪਟ ਕਰਨਾ ਸੀ ਉਹ ਨਹੀਂ ਕੀਤਾ ਗਿਆ ਇਹ ਸਾਰੀਆਂ ਗੱਲਾਂ ਕਹਿਤ ਗਿਆ ਕਹਿਣ ਤੋਂ ਬਾਅਦ ਚੀਫ਼ ਇਲੈਕਟਰਲ ਆਫਿਸਰ ਕੋਲ ਪਹੁੰਚ ਗਈਆਂ ਚੀਫ਼ ਇਲੈਕਟਰਲ ਆਫਿਸਰ ਨੇ ਕੱਲ ਪੱਤਰਕਾਰਾਂ ਨੂੰ ਕਹਿਤਾ ਸੀ ਕਿ ਮੇਰੇ ਕੋਲ ਰੋਜ਼ ਹੀ ਜਾਣਕਾਰੀ ਆਉਂਦੀ ਹੈ ਲੇਕਿਨ ਮੈਂ ਹਾਲੇ ਤੱਕ ਕੁਛ ਪੜਿਆ ਨਹੀਂ ਪਤਾ ਨਹੀਂ ਮੈਨੂੰ ਆ ਗਈ ਹੋਣੀ ਹੈ ਦਫ਼ਤਰ ਹੋਣੀ ਹੈ ਸਵਾਲ ਇਹ ਪੈਦਾ ਹੁੰਦਾ ਕਿ ਹੁਣ ਤਾਂ ਐਸਐਸਪੀ ਰਿਪੋਰਟ ਇਹ ਕਰ ਰਹੇ ਕਿ ਉਹ ਬੰਦਾ ਮੈਂਟਲੀ ਸੈੱਟ ਨਹੀਂ ਜੀ ਪਰ ਜਦੋਂ ਸ਼ਾਹਕੋਟ ਤੋਂ ਉਹਨੂੰ ਤਬਦੀਲ ਕਰਤਾ ਸੀ ਮਹਿਤਪੁਰ ਦੇ ਵਿੱਚ ਫੇਰ ਦੁਬਾਰਾ ਲਾਉਣਾ ਸੀ ਤੇ ਮਹਿਤਪੁਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਪੈਨਲ ਮੰਗਿਆ ਸੀ ਜੀ ਉਸ ਪੈਨਲ ਦੇ ਵਿੱਚ ਫਿਰ ਉਹਦਾ ਨਾਂ ਕਿਉਂ ਭੇਜਿਆ ਗਿਆ ਕਿ ਉਸ ਵੇਲੇ ਮੈਂਟਲੀ ਸਾਊਂਡ ਸੀ ਜੀ ਜਾਂ ਫਿਰ ਅੰਦਰ ਅੰਦਰ ਕੋਈ ਖਿਚੜੀ ਹੋਰ ਪੱਕਦੀ ਸੀ ਕੱਲ ਵੀ ਆਪਾਂ ਕਿਹਾ ਸੀ ਕਿ ਖਿਚੜੀ ਅਸਲ ਦੇ ਵਿੱਚ ਕੁਝ ਹੋਰ ਪੱਕਦੀ ਹੈ ਜੀ ਜਿਹੜਾ ਕੰਟਰੋਲ ਆ ਪੁਲਿਸ ਦੇ ਉੱਤੇ ਸਰਕਾਰ ਦਾ ਖਾਸ ਕਰਕੇ ਕੈਪਟਨ ਸਰਕਾਰ ਦਾ ਕੰਟਰੋਲ ਜਿੰਨਾ ਹੋਣਾ ਚਾਹੀਦਾ ਸੀ ਉਹ ਨਹੀਂ ਹੈ ਔਰ ਕੈਪਟਨ ਸਾਹਿਬ ਨੇ ਆਪ ਹੀ ਮੰਨ ਲਿਆ ਸੀ ਪਰਸੋਂ ਚੌਥੇ ਤੋਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਹਾਂ ਅਜੇ ਵੀ ਕੁਝ ਅਧਿਕਾਰੀ ਹੈ ਜਿਹੜੇ ਉਹ ਅਕਾਲੀਆਂ ਤੋਂ ਹਦਾਇਤਾਂ ਲੈਂਦੇ ਤੇ ਅੱਜ ਵੀ ਜਿਹੜੀਆਂ ਹੁਣ ਤੱਕ ਦੀਆਂ ਖ਼ਬਰਾਂ ਆਈਆਂ ਨੋਮੀਨੇਸ਼ਨ ਪੇਪਰ ਫਾਈਲ ਕਰਾਉਣ ਵਾਸਤੇ ਗਏ ਸੀ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਸਾਹਿਬ ਜੀ ਉੱਥੇ ਰੈਲੀ ਹੋਈ ਹੈ ਉਸ ਰੈਲੀ ਦੇ ਵਿੱਚ ਉਹ ਕਹਿੰਦੇ ਵੀ ਉਨੀ ਜਿਹੜੀ ਹੈਗੀ ਹੈ ਮਹਿਮਾ ਅਜੀਤ ਸਿੰਘ ਕੁਹਾੜ ਜਿਹੜੇ ਮਰਹੂਮ ਅਕਾਲੀ ਦਲ ਦੇ ਲੀਡਰ ਸੀ ਜਾਂ ਜਿਹੜੇ ਉਹਨਾਂ ਦੇ ਸਪੁੱਤਰ ਕੈਂਡੀਡੇਟ ਹੈ ਜੀ ਉਹਨਾਂ ਦੀ ਨਹੀਂ ਹੋਈ ਜਿੰਨੀ ਮਹਿਮਾ ਕਹਿੰਦੇ ਪਰਮਿੰਦਰ ਸਿੰਘ ਬਾਜਵਾ ਦੀ ਕੀਤੀ ਹੈ ਦੋਨਾਂ ਨੇ ਮਜੀਠੀਆ ਸਾਹਿਬ ਨੇ ਵੀ ਤੇ ਸੁਖਬੀਰ ਸਿੰਘ ਨੇ ਵੀ ਕਿਉਂ ਕੀਤੀ ਹੈ ਕਾਰਨ ਇਹਦਾ ਤੁਸੀਂ ਵੀ ਜਾਣਦੇ ਅਸੀਂ ਵੀ ਜਾਣਦੇ ਇਸ ਵੇਲੇ ਜਿਹੜਾ ਹੈਗਾ ਮੁੱਖ ਏਜੰਡਾ ਉਹੀ ਬਣਿਆ ਹੋਇਆ ਠੀਕ ਫਰਮਾਇਆ ਤੁਸੀਂ ਕਿ 28 ਤਾਰੀਖ ਤੱਕ ਤਾਂ ਭਾਵੇਂ ਚੋਣ ਕਮਿਸ਼ਨ ਦੀ ਪ੍ਰੋਟੈਕਸ਼ਨ ਹੈ 28 ਤੱਕ ਤਾਂ ਕੁਛ ਨਹੀਂ ਹੁੰਦਾ ਪਰ ਜੇ ਟ੍ਰਾਂਸਫਰ ਵੀ ਦਿੱਤਾ ਟ੍ਰਾਂਸਫਰ ਲਈ ਪਹੁੰਚ ਗਈ ਹੈ ਟ੍ਰਾਂਸਫਰ ਵਾਸਤੇ ਕਿਉਂਕਿ ਹਾਜ਼ਰ ਨਹੀਂ ਹੋ ਰਿਹਾ ਨਾ ਕਹਿੰਦੇ ਥਾਣਾ ਚਲਾਉਣਾ ਅਸੀਂ ਹਾਂ ਥਾਣਾ ਚਲਾਉਣਾ ਬਸ ਸਾਨੂੰ ਥਾਣਾ ਚਲਾਉਣਾ ਬੰਦਾ ਥਾਣੇ ਚ ਹਾਜ਼ਰ ਨਹੀਂ ਹੈ ਗੈਰ ਹੈ ਜਿਹੜਾ ਸਾਨੂੰ ਨਵਾਂ ਨਿਯੁਕਤ ਕਰਨ ਦੀ
ਆਗਿਆ ਦਿੱਤੀ ਜਾਵੇ, ਉਹ ਤਾਂ ਫਿਰ ਆਗਿਆ ਦਿੰਦਾ ਕਮਿਸ਼ਨ ਕਿ ਨਹੀਂ ਦਿੰਦਾ? ਕਰਨਾ ਰਾਜੂ ਉੱਥੇ ਹੈਗੇ ਨੇ, ਉਹ ਕਹਿੰਦੇ ਮੇਰੇ ਕੋਲ ਵੀ ਇਨ ਰੂਟੀਨ ਪਹੁੰਚੀ, ਮੈਂ ਹਜੇ ਦੇਖਿਆ ਨਹੀਂ, ਦੇਖਿਆ ਨੀ, ਉਹੀ ਕਹਿ ਰਹੇ ਨੇ ਕਰਨਾ ਰਾਜੂ ਹੁਣ ਦੇਖਿਆ ਨੀ, ਦੇਖ ਲੈਣਗੇ ਕਿਉਂਕਿ ਹੁਣ ਮੀਡੀਆ ਚ ਗੱਲ ਆ ਗਈ, ਮੀਡੀਆ ਚ ਗੱਲ ਆ ਗਈ, ਉਹ ਦੇਖ ਲੈਣਗੇ, ਦੇਖਣ ਤੋਂ ਬਾਅਦ ਫਿਰ ਉਹਨਾਂ ਨੇ ਪ੍ਰਵਾਨਗੀ ਲੈਣੀ ਹੈ ਉੱਪਰੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ, ਉਹ ਪ੍ਰਵਾਨਗੀ ਤੋਂ ਬਾਅਦ ਫਿਰ ਉਹਨਾਂ ਨੇ ਪ੍ਰਵਾਨਗੀ ਦੇ ਦੇਣੀ ਹੈ। ਇਹ ਠੀਕ ਹੈ ਤੁਹਾਡੀ ਗੱਲ ਵੀ ਥਾਣਾ ਖਾਲੀ ਨਹੀਂ ਛੱਡਿਆ ਜਾ ਸਕਦਾ, ਪਰ ਮੇਰਾ ਖਿਆਲ ਹੈ ਵੀ ਪਰਮਿੰਦਰ ਸਿੰਘ ਨੇ ਜਿੰਨੀ ਇੱਕ ਮਹਿਮਾ ਖੱਟਣੀ ਸੀ ਖੱਟ ਲਈ। ਮੇਰੀ ਅੱਜ ਵੀ ਕਿਸੇ ਅਫਸਰ ਨਾਲ ਗੱਲ ਹੋ ਰਹੀ ਸੀ, ਉਹ ਗੱਲ ਕਰਦਿਆਂ ਕਰਦਿਆਂ ਕਹਿੰਦੇ ਵੀ ਕੀ ਹੋ ਰਿਹਾ, ਮੈਂ ਜੀ ਪਰਮਿੰਦਰ ਸਿੰਘ ਬਾਜਵਾ ਹੱਸਣ ਲੱਗ ਗਏ, ਆਪਣੇ ਬਠਿੰਡੇ ਸੀ ਸੀਨੀਅਰ ਅਫਸਰ ਜੀ, ਕਹਿੰਦੇ ਵੀ ਬੰਦਾ ਪਾਰਲੀਮੈਂਟ ਚ ਹੋਣਾ ਚਾਹੀਦਾ ਸੀ, ਥਾਣੇ ਚ ਕਿਉਂ ਬੈਠਾ ਜਿਹੜਾ ਇਸ ਤਰ੍ਹਾਂ ਬੰਦਾ ਚੀਫ ਮਿਨਿਸਟਰ ਨੂੰ ਤੇ ਸਾਰੀ ਸਰਕਾਰ ਨੂੰ ਬਾਣੀ ਪਾ ਰੱਖਿਆ, ਤਾਂ ਪਾਰਲੀਮੈਂਟ ਚਾਹੀਦਾ ਸੀ। ਹੋ ਸਕਦਾ ਵੀ 2019 ਦੇ ਵਿੱਚ ਟਿਕਟ ਹੀ ਮਿਲੀ, ਸੁਖਬੀਰ ਸਿੰਘ ਦੇ ਵਿੱਚ ਜਿਵੇਂ ਮਹਿਮਾ ਕਰ ਰਹੇ ਉਹਦੀ, ਬਿਲਕੁਲ ਬਿਲਕੁਲ ਜੀ, ਇਹ ਪਤਾ ਨੀ ਹੁੰਦਾ ਢਿੱਲੋ ਸਾਹਿਬ, ਕਰਮਾਂ ਦਾ ਗੇੜ ਹੁੰਦਾ, ਕਹਿੰਦਾ ਕਰਦਾ ਕੁੱਬੇ ਦੇ ਵੱਜੀ ਲੱਤ ਤੇ ਸਿੱਧੀ ਆ ਜੇ, ਤੇ ਮੁੜ ਕੇ ਪਤਾ ਲੱਗਿਆ ਬੰਦਾ ਤਾਂ ਜਿਹੜਾ ਹੈਗਾ ਜੀ ਉੱਥੋਂ ਕਪੂਰਥਲੇ ਤੋਂ ਹੀ ਜਿਹੜਾ ਮੈਂਬਰ ਪਾਰਲੀਮੈਂਟ ਜਾਂ ਉੱਧਰੋਂ ਕਿਤੋਂ ਬਣ ਗਏ।